ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ 'ਚ ਸਿਆਸੀ ਹਲਚਲ ਬੇਹੱਦ ਤੇਜ਼ ਹੋ ਗਈ ਹੈ। ਜਿਉਂ ਜਿਉਂ ਵੋਟਾਂ ਵਾਲਾ ਦਿਨ ਯਾਨੀ ਕਿ 30 ਦਸੰਬਰ ਨੇੜੇ ਆ ਰਿਹਾ ਹੈ, ਸਰਪੰਚੀ ਤੇ ਪੰਚੀ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਨੇ। ਸਰਪੰਚ ਬਣਨ ਦੇ ਚਾਹਵਨ ਜਿੱਤ ਹਾਸਲ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਨੇ। ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੇ ਪਿੰਡ ਖਾਲੂ ਵਿੱਚ ਸਰਪੰਚੀ ਦੀ ਚੋਣ ਵੀ ਬੇਹੱਦ ਦਿਲਚਸਪ ਮੋੜ ਤੇ ਪਹੁੰਚ ਚੁੱਕੀ ਹੈ। ਸਰਪੰਚ ਬਣਨ ਵਾਸਤੇ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੋਵਾਂ ਨੂੰ ਕਾਂਗਰਸ ਪਾਰਟੀ ਦਾ ਸਮਰਥਕ ਦੱਸਿਆ ਜਾ ਰਿਹਾ ਹੈ ਤੇ ਦੋਵੇਂ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹੋਣ ਦਾ ਦਾਅਵਾ ਪੇਸ਼ ਕਰ ਰਹੇ ਨੇ। ਖਵਾਜੀ ਤੋਂ ਬਗੈਰ ਜਿੱਦਾਂ ਕਿਸੇ ਨੂੰ ਰਾਸ਼ਨ ਕਾਰਡ, ਜਿਹੜੇ ਆਪਦੇ ਬੰਦੇ ਸੀ ਉਹਨਾਂ ਨੂੰ ਰਾਸ਼ਨ ਮਿਲਦਾ ਵਾ, ਜਿਹੜੇ ਬਗਾਨੇ ਬੰਦੇ ਸੀ ਉਹਨਾਂ ਨੂੰ ਕਿਸੇ ਦਾ ਰਾਸ਼ਨ ਕਾਰਡ ਨਹੀਂ ਬਣਿਆ, ਕੋਈ ਗੱਲ ਨਹੀਂ। ਪਾਰਟੀਬਾਜ਼ੀ ਤੌਰ ਤੇ ਉਹਨਾਂ ਨੇ ਕੰਮ ਕੀਤਾ ਜੋ ਵੀ ਕੀਤਾ ਜੀ, ਇਹ ਨਹੀਂ ਦੇਖਿਆ ਵੀ ਇਹ ਸਾਡੇ ਪਿੰਡ ਦਾ ਬੰਦਾ ਵਾ, ਅਸੀਂ ਇਹਦਾ ਕੰਮ ਕਰਨਾ ਵਾ। ਬਸ ਜਿਹੜਾ ਉਹਨਾਂ ਦੀ ਪਾਰਟੀ ਦਾ ਬੰਦਾ ਉਹਦਾ ਹੀ ਰਾਸ਼ਨ ਕਾਰਡ ਬਣਿਆ, ਜਿਹੜਾ ਉਹਨਾਂ ਤੋਂ ਉਲਟਾ ਉਹਦਾ ਕੋਈ ਰਾਸ਼ਨ ਕਾਰਡ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਪੈਨਸ਼ਨ ਨਹੀਂ। ਜਿਹੜਾ ਤੁਸੀਂ ਕਹਿੰਦੇ ਵੀ ਜਿਹੜਾ ਤੁਹਾਡੇ ਓਪੋਜਿਟ ਬੰਦਾ ਖੜਾ ਵਾ ਉਹ ਵੀ ਕਾਂਗਰਸ ਪਾਰਟੀ ਦਾ, ਫਿਰ ਕਿੱਦਾਂ ਵੋਟ ਕਿੱਦਾਂ ਤੁਹਾਡੇ ਕਿੱਦਾਂ ਹੋ? ਨਹੀਂ ਜੀ, ਉਹ ਕਾਂਗਰਸੀ ਬੰਦਾ ਆ, ਤਕਰੀਬਨ 6 ਕੁ ਮਹੀਨੇ ਆ ਜਦੋਂ ਸਾਲ ਪਹਿਲਾਂ ਇਲੈਕਸ਼ਨ ਹੋਈ ਆ ਉਦੋਂ ਮੈਂ ਹੀ ਉਸਨੂੰ ਪਾਰਟੀ 'ਚ ਲਿਆਇਆ ਸੀ। ਅੱਜ ਉਹ ਅਕਾਲੀਆਂ ਬੰਦਿਆਂ ਨਾਲ ਵਾ, ਅਕਾਲੀ ਬੰਦੇ ਉਹਦੇ ਸਮਰਥਕ ਆ, ਕੱਟੜ ਅਕਾਲੀ ਬੰਦਾ ਵਾ। ਉਹੀ ਬੰਦੇ ਜਿਹੜੇ ਅਕਾਲੀ ਬੰਦੇ ਉਹਦੇ ਨਾਲ ਆ, ਉਹਨਾਂ ਨੇ ਅੱਗੇ 5 ਸਾਲ ਸਰਪੰਚੀ ਕਰਕੇ ਸਾਡੇ ਪਿੰਡ ਦਾ ਸਤਿਆਨਾਸ਼ ਕੀਤਾ। ਨਹੀਂ, ਉਹ ਤਾਂ ਕਹਿ ਰਹੇ ਸੀ ਕਾਂਗਰਸ ਦੇ ਤੌਰ ਤੇ ਲੜ ਰਹੇ ਆ। ਉਹ ਕਾਂਗਰਸ ਤੌਰ ਤੇ ਜਦੋਂ ਇਹ ਐਤਕੀ ਵੋਟਾਂ ਚੋਵਾਂ ਜਾਣਿਆਂ ਨੇ ਪਾਈਆਂ ਤਾਂ ਉਹ ਕਾਂਗਰਸੀ ਬਣ ਗਏ। ਹਾਂਜੀ, ਐਤਕੀ ਪਹਿਲੀ ਵਾਰੀ ਉਹਨਾਂ ਕਾਂਗਰਸ ਨੂੰ ਵੋਟ ਪਾਈਆਂ ਸੀ, ਉਹ ਵੀ ਮੇਰੇ ਨਾਲ ਹੋ ਕੇ। ਮੈਂ ਉਹਨਾਂ ਨੂੰ ਕਹਿ ਕੇ ਕਾਂਗਰਸ ਪਾਰਟੀ ਜਾਂਦਾ ਸੀ ਅਤੇ ਜਿਹੜਾ ਪੱਕਾ 20 ਸਾਲ ਤੋਂ ਕਾਂਗਰਸੀ ਆ ਉਹ ਮੈਂ ਹਾਂ। ਗੱਲ ਕਹਿ ਕੇ ਵੋਟਰਾਂ ਨੂੰ ਕਹਿਣਾ ਕਿ ਜੇ ਮੈਂ ਸਰਪੰਚ ਬਣਿਆ ਅਤੇ ਮੈਂ ਤੁਹਾਡੇ ਪਿੰਡ ਦਾ ਵਿਕਾਸ ਕਰੂੰਗਾ, ਅਤੇ ਜਿਹੜੀ ਕੋਈ ਲੜਾਈ ਝਗੜਾ ਹੋਊਗਾ ਉਹਨੂੰ ਵੀ ਪਿੰਡ ਦੇ ਵਿੱਚ ਹੀ ਨਹੀਂ ਜਿੱਠੂਗਾ। ਮਤਲਬ ਕਿ ਇਹ ਜਿਹੜੇ ਪਿੰਡ ਦੇ ਵਿਕਾਸ ਦਾ ਕੰਮ ਰਹਿੰਦਾ ਹੈ ਨਾ, ਅਧੂਰਾ ਰਹਿੰਦਾ, ਉਹਨੂੰ ਮੈਂ ਆਪਣੇ ਸਿਰੇ 'ਤੇ ਲਿਜਾਣਾ ਚਾਹੁੰਦਾ ਵੀ ਚੰਗੀ ਤਰ੍ਹਾਂ ਪਿੰਡ ਦਾ ਵਿਕਾਸ ਹੋ ਜਾਵੇ, ਨਾਲੀਆਂ ਗਲੀਆਂ ਵਿਕਾਸ ਜਿਹਦਾ ਕੰਮ, ਜਿੰਨਾ ਵੀ ਵਿਕਾਸ ਦਾ ਕੰਮ ਸਕੂਲਾਂ ਦਾ ਜੋ ਵੀ ਹੈਗਾ ਵੀ ਕੀਤਾ ਜਾਵੇ। ਅਤੇ ਤੁਹਾਡੇ ਜਿਹੜੇ ਵਿਰੋਧੀ ਖੜ੍ਹੇ ਆ ਉਹ ਕਿਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ? ਉਹ ਤਾਂ ਪਿੰਡ ਦੇ ਲੋਕਾਂ ਕੋਲ ਜਾ ਕੇ ਪੁੱਛ ਸਕਦੇ ਜੀ, ਕਿਸ ਤਰ੍ਹਾਂ ਦਾ ਕਰ ਸਕਦੇ। ਮੈਂ ਤਾਂ ਇਹੀ ਕਹੂੰਗਾ ਵੀ ਉਹ ਵੀ ਵਿਕਾਸ ਕਰਨਗੇ ਜਾਂ ਕਿਸ ਤਰ੍ਹਾਂ ਵੀ ਉਹਨਾਂ ਦੀ ਜਿੱਦਾਂ ਦੀ ਸੋਚਣੀ ਹੋਊਗੀ ਉਹ ਆਪਦਾ ਕੰਮ ਕਰਨਗੇ। ਮੈਨੂੰ ਤਾਂ ਜੀ ਬਹੁਤ ਵਧੀਆ ਸਮਰਥਨ ਮਿਲ ਰਿਹਾ ਅਤੇ ਮਿਲਣ ਦੀ ਆਸ ਵੀ ਆ। ਅਤੇ ਜੇ ਜਦੋਂ ਤੁਸੀਂ ਸਰਪੰਚ ਚੁਣੇ ਜਾਂਦੇ ਆ, ਫਿਰ ਕਿਸ ਤਰ੍ਹਾਂ ਦੀ ਪਹਿਲਕਦਮੀ ਹੋਊਗੀ ਅਤੇ ਕਿੱਦਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਾਉਂਗੇ? ਮੈਂ ਜੀ ਪਹਿਲਕਦਮੀ ਇਹ ਹੋਊਗੀ, ਪਾਰਟੀਬਾਜ਼ੀ ਮੇਰੇ ਵਿੱਚ ਕੋਈ ਨਹੀਂ ਹੋਊਗੀ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕੰਮ ਕਰੂੰਗਾ ਮੈਂ ਜੀ, ਜਿਹੜਾ ਵੀ ਕਰੂੰਗਾ। ਅਤੇ ਮੈਂ ਅੱਗੇ ਵੀ ਸਾਬਕਾ ਸਰਪੰਚ, ਅੱਗੇ ਵੀ ਰਹਿ ਚੁੱਕਾ, ਅਤੇ ਮੈਂ ਅੱਗੇ ਵੀ ਜਿੰਨਾ ਕੁ ਆਪਦਾ ਕੰਮ ਹੋਇਆ ਪਾਰਟੀਬਾਜ਼ੀ ਤੋਂ ਉੱਤੇ ਹੀ ਉੱਠ ਕੇ ਕੀਤਾ, ਹੁਣ ਵੀ ਮੈਂ ਬਿਲਕੁਲ ਪਾਰਟੀਬਾਜ਼ੀ ਛੱਡ ਕੇ ਉੱਤੇ ਹੋ ਗਏ। ਜੇ ਤੁਸੀਂ ਮੈਨੂੰ ਭੈਣ ਭਰਾਓ ਵੋਟਾਂ ਪਾਓਗੇ, ਮੈਂ ਸਰਪੰਚ ਬਣੂੰਗਾ, ਤੁਹਾਡੀਆਂ ਉਮੀਦਾਂ 'ਤੇ ਪੂਰਾ ਪੂਰਾ ਉਤਰੂੰਗਾ, ਅਤੇ ਤੁਹਾਡਾ ਜਿੰਨਾ ਵੀ ਮੇਰੇ ਕੋਲ ਸੇਵਾ ਹੋਈ ਮੈਂ ਕਰੂੰਗਾ। ਪਿੰਡ ਦਾ ਵਿਕਾਸ ਕਰੇ, ਹਰ ਬੰਦਿਆਂ ਨਾਲ ਮਿਲ ਕੇ ਚੱਲੇ, ਜੋ ਵੀ ਕੰਮ ਹੈਗਾ ਸਾਰਿਆਂ ਨਾਲ ਮਿਲ ਜੁਲ ਕੇ ਪਾਰਟੀ ਤੋਂ ਉੱਠ ਕੇ ਸਾਰਾ ਕੰਮ। ਕਿੱਦਾਂ ਦੇ ਵਿਕਾਸ ਹੋਣ ਵਾਲੇ ਪਿੰਡ ਵਿੱਚ? ਇੱਦਾਂ ਹੈਗੇ ਵੀ ਇੱਥੇ ਕੋਈ ਨਾਲੀਆਂ ਗਲੀਆਂ ਬਣਾਉਣੀਆਂ, ਕੋਈ ਹੋਰ ਲੜਾਈ ਝਗੜੇ ਕਰਦੇ, ਕਈ ਕੁਛ ਹੈਗਾ ਵਾ ਅਤੇ ਪਾਰਟੀ ਤੋਂ ਉੱਠ ਕੇ ਸਾਰਾ ਕੰਮ ਕਰੇ। ਚਾਹੁੰਦੇ ਹਾਂ ਜੀ ਜਿਹੜਾ ਵਧੀਆ ਪਿੰਡ ਲਈ ਕੰਮ ਕਰੇ, ਗਲੀਆਂ ਨਾਲੀਆਂ ਵਧੀਆ, ਆਲਾ ਦੁਆਲਾ ਵਧੀਆ ਸਾਫ਼ ਸੁਥਰਾ ਹੋਵੇ। ਅਤੇ ਕਿੱਦਾਂ ਦਾ ਵਿਕਾਸ ਹੋਣ ਵਾਲਾ ਇਸ ਪਿੰਡ ਵਿੱਚ? ਪਿੰਡ ਵਿੱਚ ਆ ਦੇਖੋ ਛੱਪੜ ਵਾਲਾ ਏਰੀਆ, ਇਹ ਸਾਫ਼ ਸਫਾਈ ਚਾਹੀਦੀ, ਇੱਧਰ ਗਲੀਆਂ ਗੁਲੀਆਂ ਆਲਾ ਦੁਆਲਾ, ਇੱਧਰ ਦਰਖਤ ਦਰੁਖਤ ਹੋਰ ਇੱਦਾਂ ਦਾ ਚਾਹੀਦਾ ਏਰੀਆ। ਪਿੰਡ ਦੇ ਵਿੱਚ ਕਿੱਦਾਂ ਦੇ ਆਪਣੇ ਤੁਸੀਂ ਨੌਜਵਾਨ ਆ, ਖੇਡਾਂ ਦੇ ਕਿੱਦਾਂ ਦਾ ਕੰਮ ਹੋਣ ਵਾਲਾ? ਖੇਡਾਂ ਲਈ ਸਟੇਡੀਅਮ ਤਾਂ ਹੈਗਾ ਜੀ, ਪਰ ਵਿੱਚ ਉਹਦੇ ਜਿੱਦਾਂ ਗਰਾਊਂਡ ਵਾਲਾ ਥੋੜ੍ਹਾ ਏਰੀਆ ਬਣਨ ਵਾਲਾ ਹੈਗਾ। ਕਿਹੜੇ ਕਿਹੜੇ ਕੰਮ ਹੋਣ ਵਾਲੇ ਪਿੰਡ ਆਪਣੇ? ਸਾਰੇ ਹੋਣ ਵਾਲੇ। ਕਿਹੜੇ ਕਿਹੜੇ? ਉਹ ਆਪਣੇ ਨਾਲ ਗਿਆ ਗਲੀਆਂ ਵਾ, ਜੋ ਵੀ ਆਪਣੇ ਨਾਲ ਗਿਆ ਮਾੜਾ ਮੋਟਾ ਹੋਊਗਾ ਕਰਨੇ ਸਾਰੇ। ਸਰਪੰਚ ਤਾਂ ਇਹੋ ਚਾਹੀਦਾ ਵਾ ਜੀ, ਜਿਹੜਾ ਪਿੰਡ ਦੇ ਵਿਕਾਸ ਬਾਰੇ ਸੋਚੇ। ਕਿੱਦਾਂ ਦਾ ਵਿਕਾਸ ਹੋਣ ਵਾਲਾ ਇਹ ਪਿੰਡ ਵਿੱਚ? ਵਿਕਾਸ ਤੁਹਾਡੇ ਸਾਹਮਣੇ ਹੀ ਆ, ਕਿੰਨਾ ਚਿਰ ਹੋ ਗਿਆ ਹੋਈ ਇੱਟਾਂ ਸਾਡੇ ਇਹ ਪਿੰਡ 'ਚ ਲੱਗੀਆਂ ਹੋਈਆਂ, ਹਾਲੇ ਤੱਕ ਕੋਈ ਪੱਕੀਆਂ ਕੰਕਰੀਟ ਵਾਲੀਆਂ ਗਲੀਆਂ ਚਾਹੀਦੀਆਂ, ਕੋਈ ਸੀਵਰੇਜ ਦਾ ਪ੍ਰਬੰਧ ਹੋਵੇ। ਇੰਨੇ ਸਾਲ ਹੋ ਗਏ, ਕਿਉਂ ਵਿਕਾਸ ਨਹੀਂ ਹੋ ਰਿਹਾ, ਕੀ ਕਾਰਨ ਸੀਗਾ? ਦੇਖੋ ਜੀ, ਜਿੰਨਾ ਚਿਰ ਪਿੰਡ ਦੀ ਸਹਿਮਤੀ ਨਹੀਂ ਹੁੰਦੀ, ਕੋਈ ਸਹਿਮਤੀ ਨਾਲ ਸਰਪੰਚ ਚੁਣਿਆ ਜੇ, ਉਹਨਾਂ ਚਿਰ ਵਿਕਾਸ ਵਾਲੀ ਗੱਲ ਸੋਚਣ ਵਾਲੀ ਨਹੀਂ। ਇਸ ਵਾਰ ਕੋਈ ਕੋਸ਼ਿਸ਼ ਹੋਈ ਸਹਿਮਤੀ ਕਰਨ ਦੀ? ਹਾਂਜੀ, ਕੋਸ਼ਿਸ਼ ਹੋਈ ਪਰ ਨਹੀਂ, ਉਹਦਾ ਕੋਈ ਫਾਇਦਾ ਨਹੀਂ ਹੋਇਆ। ਸਰਪੰਚ ਚਾਹੀਦਾ ਅਤੇ ਜਿਹੜਾ ਪਿੰਡ ਦਾ ਸਵਾਰੇ
ਮਤਲਬ ਗਲੀਆਂ ਸਾਡੀਆਂ ਬਹੁਤ ਜ਼ਿਆਦਾ ਖਰਾਬ ਆ। ਅਸੀਂ ਚਾਹੁੰਦੇ ਕਿ ਸਾਡੀਆਂ ਨਾਲੀਆਂ ਗਲੀਆਂ ਬਣ ਜਾਣ ਅਤੇ ਪਿੰਡ ਮਤਲਬ ਸ਼ਾਨਦਾਰ ਬਣ ਜਾਵੇ, ਜਿਵੇਂ ਕਿ ਆਮ ਪਿੰਡਾਂ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਆ, ਸੋਹਣੀਆਂ ਗਲੀਆਂ ਨਾਲੀਆਂ ਬਣੀਆਂ ਹੋਈਆਂ, ਸੀਵਰੇਜ ਪੈ ਜਾਣ। ਇਹੀ ਅਸੀਂ ਚਾਹੁੰਦੇ ਕਿ ਸਰਪੰਚ ਉਹੀ ਬਣੇ ਕਿ ਜਿਹੜਾ ਪਿੰਡ ਦੀ ਸਾਫ਼ ਸਫਾਈ ਅਤੇ ਸਵਰਗ ਬਣਾ ਸਕੇ ਪਿੰਡ ਨੂੰ। ਅਤੇ ਸਰਬਸੰਮਤੀ ਦੀ ਕੋਈ ਇੱਥੇ ਕੋਸ਼ਿਸ਼ ਹੋਈ ਇਸ ਵਾਰ ਪਿੰਡ 'ਚ? ਹਾਂਜੀ, ਕੋਸ਼ਿਸ਼ ਹੋਈ ਸੀ ਅਤੇ ਪਰ ਨਹੀਂ ਗੱਲ ਨਹੀਂ ਬਣੀ। ਹਾਂਜੀ, ਪਿੰਡ ਦੀ ਭਲਾਈ ਕਰ ਸਕੇ, ਕਿਸ ਤਰ੍ਹਾਂ ਦੇ ਕੰਮ ਹੋਣ ਵਾਲੇ ਇਸ ਪਿੰਡ 'ਚ? ਹਾਂਜੀ, ਜਿੱਦਾਂ ਗਲੀਆਂ ਬਣ ਜਾਣ, ਸਾਰਾ ਕੁਛ ਸੀਵਰੇਜ ਪੈ ਜਾਵੇ, ਸਾਰੇ ਇੱਦਾਂ ਦੇ ਕੰਮ ਹੋਣ। ਹਾਂਜੀ, ਹੋਰ ਸਾਫ਼ ਸਫਾਈ ਹੋ ਜਾਵੇ, ਸਾਰਾ ਕੁਛ ਹੀ ਆ। ਸਾਡੇ ਪਿੰਡ ਦੇ ਕੰਮ ਬਹੁਤ ਹੋਣ ਵਾਲੇ ਹਨ ਅਤੇ ਅਸੀਂ ਸਰਦਾਰ ਇੰਦਰਜੀਤ ਸਿੰਘ ਨੂੰ ਸਰਪੰਚ ਬਣਾਉਣਾ ਚਾਹੁੰਦੇ ਹਾਂ ਅਤੇ ਜਿਹੜਾ ਪਿੰਡ ਦਾ ਵਿਕਾਸ ਹੋ ਸਕੇ। ਅਤੇ ਜਿਹੜੇ ਪਹਿਲਾਂ ਸਰਪੰਚ ਰਹੇ ਉਹਨਾਂ ਨੇ ਕੀ ਉਦੋਂ ਵਿਕਾਸ ਨਹੀਂ ਹੋਇਆ? ਨਹੀਂ ਹੋਇਆ, ਸਾਡੇ ਪਿੰਡ 22 ਲੱਖ ਰੁਪਈਆ ਗਡਾਂਡ ਆਈ ਹੈ, ਉਹਨਾਂ ਉਹੋ ਇੱਟਾਂ ਪੱਟ ਕੇ ਦੁਬਾਰੇ ਲਾ ਦਈਆਂ ਅਤੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ। ਇੰਦਰਜੀਤ ਸਿੰਘ ਚਾਹਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।